दो ट्रिक में गेंद आया, चार पांच टन। ये हमारे गेंदे के लड़ी वाली कर रहे हैं, 35 लड़के हैं। श्री गुरु ग्रंथ साहिब जी दे पहले प्रकाश दिहाड़े नु लेके श्री हरिमंदर साहिब दे विच रंग बिरंगे फुलां दे नाल सजावट की जा रही है। तस्वीरां देखो किस तरह दे नाल गुरु घर दा कोना कोना फुलां नाल महकाया जा रहा है। इत्थे भी दस दिए कि सारे फुल विदेशी ने, जिथे मुंबई दे एक परिवार दे वल्लों हर साल ए सेवा निभाई जांदी है, उत्थे यूपी ते कलकत्ता तो कारीगर पहुंचे हुए ने ਜੋ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਫੁੱਲਾਂ ਦੀ ਸਜਾਵਟ ਦੀ ਸੇਵਾ ਨਿਭਾ ਰਹੇ ਨੇ। ਦੱਸ ਦਈਏ ਕਿ ਵਿਦੇਸ਼ੀ ਫੁੱਲਾਂ ਦੇ ਇਹ ਦੋ ਟਰੱਕ ਦੱਸੇ ਜਾ ਰਹੇ ਨੇ ਜੋ ਇੱਥੇ ਗੁਰੂ ਘਰ 'ਚ ਪਹੁੰਚੇ ਨੇ, ਜਿਨ੍ਹਾਂ ਦੇ ਵਿੱਚ 5 ਟਨ ਦੇ ਕਰੀਬ ਫੁੱਲ ਜੋ ਕਿ ਗੇਂਦੇ ਦੇ ਰੰਗ ਬਿਰੰਗੇ ਵੱਖਰੇ ਵੱਖਰੇ ਰੰਗਾਂ ਦੇ ਫੁੱਲ ਨੇ, ਜਿਨ੍ਹਾਂ ਨਾਲ ਗੁਰੂ ਘਰ ਨੂੰ ਸਜਾਇਆ ਜਾ ਰਿਹਾ ਹੈ। ਹਾਲੇ ਹੋਰ ਫੁੱਲਾਂ ਨਾਲ ਵੀ ਇੱਥੇ ਗੁਰੂ ਘਰ ਦਾ ਕੋਨਾ ਕੋਨਾ ਮਹਿਕਾਇਆ ਜਾਣਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਹੈ ਅਤੇ ਇਸ ਦੇ ਚੱਲਦਿਆਂ ਹੀ ਗੁਰੂ ਘਰ ਦੇ ਵਿੱਚ ਸਜਾਵਟ ਕੀਤੀ ਜਾ ਰਹੀ ਹੈ, ਮੁੱਖ ਦੁਆਰ ਤੋਂ ਲੈ ਕੇ ਅੰਦਰ ਦਿਉੜੀ ਤੱਕ ਅਤੇ ਫਿਰ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉੱਥੋਂ ਤੱਕ ਇਹ ਰੰਗ ਬਿਰੰਗੇ ਫੁੱਲ ਲੱਗੇ ਹੋਏ ਨਜ਼ਰ ਆਉਣਗੇ, ਜਿਸ ਨੂੰ ਦੇਖ ਕੇ ਹੋਰ ਵੀ ਰੂਹਾਨੀਅਤ ਭਰ ਜਾਂਦੀ ਹੈ। ਦੂਰ ਦੁਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਗੁਰੂ ਘਰ 'ਚ ਨਤਮਸਤਕ ਹੋਣ ਪਹੁੰਚਦੀ ਹੈ ਅਤੇ ਇਸ ਵਿਚਾਲੇ ਗੁਰੂ ਘਰ ਨੂੰ ਇਹਨਾਂ ਰੰਗ ਬਿਰੰਗੇ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ, ਮਹਿਕਾਇਆ ਜਾ ਰਿਹਾ ਹੈ। ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਕਿਵੇਂ ਗੁਰੂ ਘਰ ਦੇ ਵਿੱਚ ਇਹਨਾਂ ਫੁੱਲਾਂ ਦੇ ਢੇਰ ਲੱਗੇ ਹੋਏ ਨੇ ਅਤੇ ਇੱਕ ਇੱਕ ਕਰਕੇ ਇਹਨਾਂ ਫੁੱਲਾਂ ਨੂੰ ਪੂਰੇ ਗੁਰੂ ਘਰ ਦੇ ਵਿੱਚ ਲਗਾਇਆ ਜਾ ਰਿਹਾ ਹੈ। ਦੋ ਟਰਿਕ ਮੈਂ ਗੇਂਦ ਆਇਆ, 4-5 ਟਨ। ਬਾਕੀ ਔਰ ਵੀ ਕਲਰ ਹੈ, ਜੈਸੇ ਗੁਲਦਾਵਰੀ ਹੈ, ਇਹ ਸਾਰੇ 5 ਟਰਕ ਆਏ ਹਮਾਰੇ, ਔਰ ਯਹਾਂ ਸੇ ਸੁਰਿੰਦਰਪਾਲ ਜੀ ਹੈ ਨਾ, ਵੋ ਸੇਵਾ ਕਰਵਾ ਰਹੇ ਹੈ। ਕਿਤਨੇ ਪ੍ਰਕਾਰ ਕੇ ਫੁੱਲ ਹੋਤੇ ਹੈ? ये हमारे पास तो ये गेंदे के लड़ी में 5 प्रकार के हैं यहाँ पे। ये कहाँ कहाँ लगने हैं गेंदे के? ये मेन दरबार पे भी लगने हैं, इधर ऊपर यहाँ पे भी, अकाल तख्त पे भी लगने हैं, मतलब पूरे सारे में लगेंगे पूरे में। कितने लोग काम कर रहे हैं? ये हमारे गेंदे के लड़ी वाले कर रहे हैं, 35 लड़के हैं, बाकी 50-60 लड़के वो बेंगलोर कलकत्ता वाले हैं। कितने दिन में जो है सजावट का? 3 दिन में कर देंगे हम। कितनी लाइफ होती है इनकी? इनकी 3-4 दिन होती है, क्योंकि गर्मी का टाइम है, टेम्परेचर ज़्यादा है, इसलिए नहीं, ठंड के टाइम में तो ज़्यादा चलता है। यहाँ पे कम से कम 15 से 20 आइटम के फूल है, कुछ फूल इंडियन है, कुछ फूल बाहर से विदेश से आया हुआ है। ऐसे कितने टन फूल लाए? यहाँ पे सर एक्चुअली 5 ट्रक माल आया है, तो 5 ट्रक में लगभग मान लीजिए 40 टन के ऊपर होगा। फूलों का लाइव होता है 3 से 4 दिन होता है, लेकिन अभी गर्मी थोड़ा ज़्यादा है तो 2 से 2.5 दिन। कितने कारीगर काम कर रहे हैं? टोटल 105 बंदे की करीब काम कर रहे हैं। तो कितना समय होगा? यहाँ पे सेवा कर रहे हो सर, एक्चुअली पहले भी होता था, लेकिन हम लोग जब से कर रहे हो 8 से 10 साल हो जाएगा। बहुत ये अज तो ही इकट्ठ की जी बड़ी माड़ी परमात रही आ, सवेर तो वेखण ने दरबार साहब के इस तरह संगतान का ठाठा मारता इकट्ठ आ। ਪਹਿਲੇ ਪ੍ਰਕਾਸ਼ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਲੋਕਾਂ ਨੇ ਬਹੁਤ ਜਿਹੜੇ ਪ੍ਰਬੰਧ ਕੀਤੇ ਗਏ ਆ, ਜਿੱਥੇ ਲੋਕਾਂ ਨੇ ਆਪਣੇ ਬੂਹਿਆਂ ਦੇ ਗੜੇ ਪੱਖੇ ਲਾਏ ਆ ਵੀ ਗਰਮੀ ਨਾ ਮਹਿਸੂਸ ਹੋਏ, ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਨੇ ਵੀ ਆਓ ਸਾਡੇ ਘਰਾਂ 'ਚ ਆਰਾਮ ਕਰੋ, ਵੱਧ ਤੋਂ ਵੱਧ ਸੰਗਤਾਂ ਨੂੰ ਆਪਣੇ ਘਰਾਂ 'ਚ ਠਹਿਰਾਉਂਦੇ ਨੇ। ਸਵੇਰੇ ਪਹਿਲੇ ਪ੍ਰਕਾਸ਼ ਵਾਜਦੇ ਅਤੇ ਪ੍ਰਸ਼ਾਦਾ ਪਾਣੀ ਪਕਾ ਕੇ ਤਿਆਰ ਕਰਕੇ ਛਕਾ ਕੇ ਉਹਨਾਂ ਘਰਾਂ ਤੋਂ ਲੈ ਕੇ ਆਉਂਦੇ ਨੇ। ਇਸੇ ਤਰ੍ਹਾਂ ਦਰਬਾਰ ਸਾਹਿਬ ਜਾਣਗੇ, ਇੱਥੇ ਵੀ ਬੜੇ ਸਚੇਰੇ ਪ੍ਰਬੰਧ ਕੀਤੇ ਗਏ ਨੇ, ਜਿੱਥੇ ਸਰਾਵਾਂ ਦਾ ਪ੍ਰਬੰਧ ਕੀਤਾ, ਲੰਗਰ ਪਾਣੀ ਦਾ ਪ੍ਰਬੰਧ ਕੀਤਾ,
ਉੱਥੇ ਇੱਥੇ ਦੇਸ਼ ਵਿਦੇਸ਼ਾਂ ਤੋਂ ਲਿਆ ਕੇ ਪ੍ਰਧਾਨ ਜੀ ਹੋਣਾਂ ਨੇ ਬੂਟੇ ਇਹੋ ਜਿਹੇ ਫੁੱਲ ਲਾਏ ਹੈ, ਉਹਨਾਂ ਦੀਆਂ ਇੰਨੀਆਂ ਸੁਗੰਧੀਆਂ ਵੀ ਚਾਰ ਦਿਨ ਲੱਥ ਜਾਣ ਤੋਂ ਬਾਅਦ ਵਿੱਚ ਸੁਗੰਧੀਆਂ ਆਉਂਦੀਆਂ ਰਹਿੰਦੀਆਂ ਹਨ। ਅੱਜ ਉਹ ਅੰਦਰ ਲੱਗਣ ਡਏ ਨੇ, ਬਾਹਰ ਤੱਕ ਸੁਗੰਧੀਆਂ ਆ ਰਹੀਆਂ, ਵੱਖਰੇ ਵੱਖਰੀਆਂ ਭਾਂਤਾਂ ਦੇ ਜਿਹੜੇ ਫੁੱਲ ਆ ਉਹ ਲਿਆ ਕੇ ਲਾਏ ਗਏ ਨੇ। ਅਸੀਂ ਘਰ ਬੈਠੇ ਸੰਗਤਾਂ ਨੂੰ ਵੀ ਆਉਂਦੇ ਹਾਂ, ਇਹੋ ਜਿਹਾ ਨਜ਼ਾਰਾ ਨਹੀਂ ਗਾ ਲੱਭਣਾ। ਆਉਂਦੇ ਜਦੋਂ ਪਾਤਸ਼ਾਹ ਦਾ ਪ੍ਰਕਾਸ਼ ਆਉਂਦਾ ਵਾ, 33 ਕਰੋੜ ਦੇਵਤਾ ਜਿਹੜਾ ਵਾ ਉਹ ਆਣ ਕੇ ਦਰਸ਼ਨ ਕਰਦੇ ਨੇ, ਉਹ ਫੁੱਲ ਵਰਸਾਉਂਦੇ ਨੇ। ਗੁਰੂ ਮਹਾਰਾਜ ਸਾਹਿਬ ਬੜੀ ਪਾਤਸ਼ਾਹ ਦੀ ਕਿਰਪਾ ਵਾ, ਜਦੋਂ ਉੱਥੋਂ ਨਗਰ ਕੀਰਤਨ ਤੁਰਦਾ ਵਾ ਉੱਥੋਂ ਵੇਖਣ ਵਾਲਾ ਇਕੱਠ ਹੁੰਦਾ ਵਾ, ਗਲੀਆਂ ਦੇ ਵਿੱਚੋਂ ਲੰਘਿਆ ਨਹੀਂ ਜਾਂਦਾ, ਤੇਲ ਮਾਰਿਆਂ ਭੁੰਜੇ ਨਹੀਂ ਪੈਂਦਾ, ਇੰਨੀਆਂ ਸੰਗਤਾਂ ਜੁੜ ਜਾਂਦੀਆਂ ਨੇ ਪਹਿਲੇ ਪ੍ਰਕਾਸ਼ ਦੇ ਦਿਹਾੜੇ 'ਤੇ। ਅਤੇ ਉੱਥੇ ਦਰਬਾਰ ਸਾਹਿਬ ਮੈਨੇਜਰ ਸਾਹਿਬ ਵੱਲੋਂ ਬੜਾ ਸੋਹਣਾ ਸੁਚੇਰੇ ਪ੍ਰਬੰਧ ਕੀਤੇ ਗਏ ਸਰਦਾਰ ਭਗਵੰਤ ਸਿੰਘ ਹੋਣਾ ਵੱਲੋਂ, ਬਹੁਤ ਵਧੀਆ ਲੱਗਾ ਵਾ, ਮਨ ਬੜਾ ਗਦਗਦ ਹੋਇਆ ਵਾ। ਇਸ ਦਿਨ ਨੂੰ ਅਸੀਂ ਉਡੀਕਦੇ ਹਾਂ, ਅਸੀਂ ਨਹੀਂ ਸਮੁੱਚੀਆਂ ਸੰਗਤਾਂ ਉਡੀਕਦੀਆਂ ਵਾ। ਆਓ ਆਪਾਂ ਆਣ ਕੇ ਹੱਥੀਂ ਸੇਵਾ ਕਰਕੇ ਆਪਣੀਆਂ ਝੋਲੀਆਂ ਭਰੀਏ। ਗੁਰੂ ਪਾਤਸ਼ਾਹ ਜਿੱਥੇ ਪੰਜਵੇਂ ਪਾਤਸ਼ਾਹ ਨੇ ਇਸ ਪਾਰਜ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲਿਆਂਦਾ, ਉੱਥੇ ਅੱਜ ਹੀ ਵੇਖੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥੱਲੜੇ ਬੰਨੇ, ਜਿਹੜੇ ਗੁਰੂ ਪਾਤਸ਼ਾਹ ਦੇ ਪਲੰਘੇ ਦੇ ਥੱਲੜੇ ਬੰਨੇ, ਅੱਜ ਵੀ ਚਾਦਰ ਵਿਛੀ ਹੁੰਦੀ ਆ, ਉਹ ਚਾਦਰ 'ਤੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪਣਾ ਪ੍ਰਕਾਸ਼ ਕੀਤਾ, ਉੱਥੇ ਪਲੰਘੇ 'ਤੇ ਗੁਰੂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਅੱਜ ਵੀ ਬੜੀ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਦਰਬਾਰ ਸਾਹਿਬ ਸ੍ਰੀ ਨਗਰ ਕੀਰਤਨ ਨਿਕਲਦੇ ਨੇ, ਜੋ ਪਹਿਲਾ ਪ੍ਰਕਾਸ਼ ਦਾ ਜੋ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਚਾਰੇ ਪਾਸੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਜੀ ਹਰਿਮੰਦਰ ਸਾਹਿਬ ਦੇ? ਦਰਬਾਰ ਸਾਹਿਬ ਦੇ ਤਕਰੀਬਨ ਸਾਰੇ ਬੰਨੇ ਜਿੰਨੇ ਵੀ ਆ ਉੱਥੇ ਸਜਾਵਟ ਕੀਤੀ ਜਾ ਰਹੀ ਆ, ਅਕਾਲ ਤਖ਼ਤ ਸਾਹਿਬ 'ਤੇ ਸਜਾਵਟ ਕੀਤੀ ਰਹੀ ਆ, ਜਿੱਥੇ ਵੀ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਚੱਲ ਰਿਹਾ ਉੱਥੇ ਸਜਾਵਟ ਕੀਤੀ ਜਾ ਰਹੀ ਆ। ਤੁਸੀਂ ਆਣ ਕੇ ਵੇਖੋ ਕਿੱਡੇ ਸੋਹਣੇ ਵਧੀਆ ਨਜ਼ਾਰਾ ਵੱਜਿਆ ਵਾ ਜੀ, ਬਹੁਤ ਆਨੰਦ ਆ ਰਿਹਾ।